ਕੰਬਲਾਂ ਦੇ ਵਿੱਚ ਇਹਨਾਂ ਨੇ ਸਭ ਤੋਂ ਵੱਡਾ ਰਾਜ ਖੋਲਿਆ ਸੀ ਪੂਰੇ ਪੰਜਾਬ ਦੇ ਵਿੱਚ। ਨਹੀਂ ਤਾਂ ਤੁਸੀਂ ਕਿਸੇ ਵੀ ਪਾਸੇ ਜਾਂਦੇ ਹੀ ਤੁਹਾਨੂੰ ਕਹਿੰਦੇ ਸੀ ਆਹ ਕੰਬਲ ਇੰਨੇ ਦਾ, ਇਹ ਇੰਨੇ ਦਾ। ਇਹਨਾਂ ਨੇ ਦੱਸਿਆ ਸੀ ਵੀ ਕੰਬਲ ਵੀ ਜਿਵੇਂ ਫਲ ਫਰੂਟ ਸਬਜ਼ੀਆਂ ਤੁਸੀਂ ਕਿਲੋਆਂ ਦੇ ਵਿੱਚ ਜੋ ਕੇ ਲੈਂਦੇ ਹੋ ਕੰਬਲ ਵੀ ਜੋ ਕੇ ਮਿਲਦੇ ਹੈਗੇ। ਸਿਰਫ 350 ਰੁਪਏ ਰੇਂਜ ਹੈ ਪਿਓਰ ਪਸ਼ਮੀਨੇ ਦਾ। ਤੁਸੀਂ ਸਟੱਫ ਹੈਵੀ ਆ, ਕੋਈ ਹਲਕਾ ਸਟੱਫ ਨਹੀਂ। ਇਸ ਤੋਂ ਜੇ ਹਲਕਾ ਵੀ ਲੈਣਾ ਸਾਡੇ ਕੋਲ 250 ਰੁਪਏ ਦਾ ਵੀ ਹੈਗਾ, 235 ਦਾ ਵੀ ਹੈਗਾ। ਆ ਲਓ ਜੀ ਫੈਂਸੀ ਆਈਟਮ, ਗਰਮ ਦੇ ਵਿੱਚ ਵੀ ਫੈਂਸੀ ਆਈਟਮਾਂ ਜੀ। ਸਿਰਫ 450 ਰੁਪਏ ਦੀ ਰੇਂਜ 'ਚ ਆ ਜੀ। 40 ਰੁਪਏ ਕਿਲੋ ਦਾ ਰੇਟ ਕੱਢਿਆ ਜੀ ਮੈਂ, ਔਰ 240 ਨੂੰ ਗੁਣਾ ਕਰਨੀ ਹੈ ਜੀ ਮੈਂ, 568 ਰੁਪਏ ਦਾ ਕੰਬਲ ਬਣ ਗਿਆ ਜੀ। ਸੋ ਤੁਹਾਨੂੰ ਇਹ ਕੰਬਲ 568 ਰੁਪਏ ਦਾ ਮਿਲਦਾ, ਇਹ ਸਿਰਫ 568 ਤੁਹਾਨੂੰ ਇੱਥੇ ਮਿਲਣਾ। ਜੇ ਹੋਰ ਪਾਸੇ ਜਾਂਦੇ ਤਾਂ ਇਹੀ ਕੰਬਲ ਤੁਹਾਨੂੰ 800 ਜਾਂ 1000 ਰੁਪਏ ਦੇ ਵਿੱਚ ਮਿਲਣਾ ਸੀ। ਤੁਸੀਂ ਇਹ ਦੇਖ ਲਓ ਵੀ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਦੁਕਾਨ ਆ ਜਿੱਥੇ ਕੰਡਾ ਰੱਖਿਆ ਆ। ਸੂਟਾਂ ਦੀ ਦੁਕਾਨ 'ਤੇ ਕਦੇ ਕੰਡੇ ਨਾ ਤੁਸੀਂ ਸੁਣੇ ਹੋਣੇ ਆ ਨਾ ਦੇਖਣੇ। ਪਿਛਲੀ ਵਾਰ ਤਾਂ ਲੋਕਾਂ ਨੇ ਮੈਨੂੰ ਇਹ ਵੀ ਟਿਚਰਾ ਕਰਤੇ ਸੀ, ਭਾਅ ਜੀ ਕੰਡਾ ਰੱਖ ਕੇ ਕਿਤੇ ਫਰੂਟ ਦਾ ਕੰਮ ਤਾਂ ਨਾਲ ਕਰਨ ਲੱਗ ਗਏ। ਉਹ ਲੋਕਾਂ ਨੂੰ ਮੈਂ ਦਿਖਾਉਣਾ ਚਾਹੁੰਦਾ ਸੀ ਕੰਬਲ ਵੀ ਜੋ ਕੇ ਵੇਚਦੇ ਆ। ਪਿਓਰ ਵੈਲਵੇਟ ਦਾ ਸੂਟ ਆ ਜੀ, ਆਹ ਦੇਖੋ ਜੀ ਕੁਆਲਿਟੀ, ਦੇਖੋ ਲੁੱਕ, ਦੇਖੋ ਸੂਟ ਦੀ। ਆਹ ਫੋਟੋ ਵਾਲਾ ਸੇਮ ਡਿਜ਼ਾਈਨ ਇੱਦਾਂ ਦਾ ਬਣਨਾ ਹੈ, ਠੀਕ ਆ ਜੀ। ਪਸ਼ਮੀਨੇ ਦੀ ਉਹ ਬੋਟਮ ਆ, ਡਿਜੀਟਲ ਸ਼ੋਲ ਆ ਨਾਲ, 1680 ਰੁਪਏ ਰੇਂਜ ਆ ਜੀ। ਇੱਥੇ ਆ ਜਿੱਦਾਂ ਆਉਂਦੇ ਹੈਗੇ ਫੈਕਟਰੀਆਂ ਦੇ ਵਿੱਚੋਂ, ਫੈਕਟਰੀਆਂ ਵਾਲੇ ਰੇਟਾਂ 'ਤੇ ਸਾਨੂੰ ਦਿੱਤੇ ਜਾ ਰਹੇ ਸੂਟ, ਅਤੇ ਥੋੜ੍ਹੇ ਜਿਹੇ ਮਾਰਜਨ ਦੇ ਨਾਲ ਵੇਚਿਆ ਜਾ ਰਿਹਾ, ਤਾਂ ਕਰਕੇ ਲੋਕ ਇੱਥੇ ਜ਼ਿਆਦਾ ਤੌਰ 'ਤੇ ਜੁੜੇ ਹੋਏ ਆ। ਹੈਂਡਵਰਕ ਵਾਲਾ ਸੂਟ ਗਰਲਿਸ਼ ਪੀਸ ਜੀ, 350 ਰੁਪਏ ਦੀ ਰੇਂਜ, ਤੁਸੀਂ ਚੈੱਕ ਕਰ ਲਓ ਜੀ। ਬਹੁਤ ਸੋਹਣੇ ਸੋਹਣੇ, ਔਰ ਰੰਗ ਵੀ ਦੇਖੋ, ਰੰਗਾਂ ਮੈਚੀ ਬਹੁਤ ਸੋਹਣੀ ਹੈ ਜੀ ਇਹਨਾਂ ਦੇ ਵਿੱਚ। ਅੱਜ 1 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੂਰਾ ਮਹੀਨੇ 10,000 ਵਾਲੀ ਸ਼ੋਪਿੰਗ ਕਰਨ ਵਾਲੇ ਨੂੰ 1 ਕਿਲੋ ਦਾ ਕੰਬਲ ਫਰੀ, 20,000 ਦੀ ਸ਼ੋਪਿੰਗ ਕਰਨ ਵਾਲੇ ਨੂੰ 2 ਕਿਲੋ ਦਾ ਕੰਬਲ ਫਰੀ, ਇੱਦਾਂ ਹੀ 5 ਕਿਲੋ ਦੀ 50,000 ਦੀ ਸ਼ੋਪਿੰਗ ਕਰਨ ਵਾਲੇ ਨੂੰ 5 ਕਿਲੋ ਦਾ ਕੰਬਲ ਫਰੀ ਆ। ਆਹ ਦੇਖੋ ਜੀ ਸੂਟ 350 ਰੁਪਏ ਦੇ ਵਿੱਚ, ਹੈਂਡਵਰਕ ਦਾ ਸੂਟ ਆ ਜੀ, ਤੁਸੀਂ ਚੈੱਕ ਕਰ ਸਕਦੇ ਹੋ ਨਾਲ ਦੁਪੱਟਾ ਇਹਦੇ ਲਾਈਨਿੰਗ ਵਾਲਾ। ਲੋਕ ਕੀ ਕਰਦੇ ਨੇ, ਪਹਿਲਾਂ ਪੁਰਾਣਾ ਸਟੋਕ ਕੱਢਦੇ ਨੇ, ਸਾਡੇ ਕੋਲ ਪੁਰਾਣਾ ਬਚਦਾ ਹੀ ਨਹੀਂ ਜੀ, ਅਸੀਂ ਨਵਾਂ ਹੀ ਵੇਚਣਾ, ਸਿਰਫ 500 ਰੁਪਏ ਰੇਂਜ 'ਚ ਆਇਆ। ਚਲੋ ਜੀ ਰੰਗ ਦੇਖੋ, ਇਹਦੇ ਕਲਰ ਚਾਰਟ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਇਹਨਾਂ ਦੇ, ਸਾਰੇ ਸਰਦੀਆਂ ਵਾਲੇ ਸੂਟ ਨੇ। ਮੈਂ ਹਰ ਵੀਡੀਓ 'ਚ ਕਹਿਣਾ ਹੁੰਦਾ ਬਜਾਜੀ ਬੇਅੰਦਾਜੀ ਜੀ, ਹੁਣ ਤੁਹਾਨੂੰ ਮੈਂ ਐਗਜ਼ਾਮਪਲ ਵੀ ਦੇਣ ਲੱਗਿਆ ਜੀ। ਆਹ ਮੇਰੇ ਕੋਲ ਸੂਟ ਆਇਆ ਜੀ ਬਲੌਕ ਪੇਂਟ ਦੇ ਉੱਤੇ, ਠੀਕ ਹੈ ਜੀ। ਇਹਦੀ ਰੇਟ ਹੈਗਾ 1380 ਰੁਪਏ ਜੀ। ਹੁਣ ਚੀਜ਼ ਉਹੀ ਆ, 1921 ਦਾ ਫਰਕ ਆ, ਇਹ 1050 ਰੁਪਏ ਰੇਂਜ 'ਚ ਆ। ਆਲ ਓਵਰ ਸੂਟ ਆ ਜੀ, ਦੇਖੋ ਫਰੋਕ ਦੇ ਵਿੱਚ 2850 ਰੁਪਏ ਦੀ ਰੇਂਜ ਆ ਜੀ ਸਾਡਾ ਸੂਟ, ਨਾਲ ਇਹਦੇ ਬੋਟਮ ਵੀ ਆ ਨਾਲ ਦੁਪੱਟਾ ਵੀ ਆ। ਇਹ ਨਹੀਂ ਇਕੱਲੀ ਫਰੋਕ ਆ, ਤੁਸੀਂ ਇਕੱਲੀ ਫਰੋਕ ਵੀ ਲੈ ਜਾਓ, ਤੁਸੀਂ 5000 ਤੋਂ ਘੱਟ ਨਹੀਂ ਪੈਸੇ ਖਰਚ ਕੇ ਆਉਂਗੇ। ਦੇਖੋ ਰੀਸੇਲਰ ਲਈ ਵੀ ਉਹੀ ਸਾਡੀ ਜਿਹੜੀ 30% ਕੱਪੜਾ ਨਹੀਂ ਵੀ ਚੇਂਜ ਕਰਕੇ ਦੇਵਾਂਗੇ, ਲੇਕਿਨ ਸਾਡੀ ਚੇਂਜ ਕਰਨ ਦਾ ਟਾਈਮਿੰਗ ਜਿਹੜੀ ਆ ਉਹ 9 ਵਜੇ ਤੋਂ ਲੈ ਕੇ 12 ਵਜੇ ਤੱਕ ਸਵੇਰ ਦੀ ਆ ਜੀ, ਉਸ ਤੋਂ ਬਾਅਦ ਚੇਂਜ ਕਰਨ ਵਾਲਾ ਕੋਈ ਨਾ ਆਵੇ, ਬਾਕੀ ਸੰਡੇ ਵਾਲੇ ਦਿਨ ਅਸੀਂ ਚੇਂਜ ਨਹੀਂ ਕਰਦੇ ਕੱਪੜਾ। ਦੇਖੋ ਜੀ ਅਨਾਰਕਲੀ ਸੂਟ ਆ ਜੀ, ਮਾਰਕੀਟ ਦਾ ਜਿਹੜਾ ਇਹਦਾ ਪ੍ਰਾਈਜ਼ ਹੈਗਾ ਜੀ ਘੱਟੋ ਘੱਟ ਨਹੀਂ ਦਾ, ਤੁਹਾਨੂੰ ਦੇਖ ਲਓ ਫਰੰਟ ਔਰ ਬੈਕ ਦੋਨੋਂ ਬਣੀ ਹੋਈ ਆ, 7,6500 ਇੱਦਾਂ ਮਿਲਣਾ। ਜਿਹੜਾ ਮੇਰਾ ਪ੍ਰਾਈਜ਼ ਆ ਤੁਹਾਨੂੰ ਉਹ ਮਿਲਣਾ 3150 ਰੁਪਏ ਰੇਂਜ 'ਚ। ਵਾਰ ਵਾਰ ਆਪਾਂ ਕਹਿੰਦੇ ਹੋਣੇ ਜਿਹੜੀ ਨਵਾਂ ਕੰਮ ਸ਼ੁਰੂ ਕਰਨਾ ਇੱਥੇ ਜ਼ਰੂਰ ਆ ਸਕਦੇ, ਕਿਉਂਕਿ ਇਹਨਾਂ ਨਾਲ ਜੁੜ ਕੇ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਨੇ ਫਾਇਦੇ ਲਏ ਆ। ਦਾਜ ਵਰੀਆਂ ਵਾਲਿਆਂ ਨੇ ਤਾਂ ਹੈ ਹੀ ਸੋਹਣੇ ਦੇ ਸੁਹਾਗ ਵਾਲੀ ਗੱਲ। ਸਾਡੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ, ਮੈਂ ਹਰਦੀਪ ਸਿੰਘ ਤੱਕੜਾ। ਅੱਜ ਅਸੀਂ ਫਿਰ ਪਹੁੰਚ ਚੁੱਕੇ ਹਾਂ ਸਮਰਾਲਾ ਦੇ ਵਿੱਚ ਰਿਤੂ ਕਲੋਥ ਹਾਊਸ 'ਤੇ, ਜੋ ਕਿ ਹਮੇਸ਼ਾ ਹੀ ਬਜਿੱਦ ਹੈਗਾ ਆ ਆਪਣੇ ਲੋਕਾਂ ਦੇ ਲਈ, ਆਪਣੇ ਜਿਹੜੇ ਉਹਨਾਂ ਦੇ ਕਸਟਮਰ ਆ ਉਹਨਾਂ ਦੇ ਵੱਡੇ ਫਾਇਦੇ ਕਰਨ ਲਈ। ਸੋ ਦੀਵਾਲੀ ਦੇ ਉੱਤੇ ਬਹੁਤ ਸਾਰੇ ਲੋਕ ਡੀਲਸ ਲੈ ਰਹੇ ਆ, ਬਹੁਤ ਸਾਰੀਆਂ ਔਫਰਸ ਲਾ ਰਹੇ ਆ, ਬਹੁਤ ਸਾਰੇ ਲੋਕਾਂ ਦੇ ਫਾਇਦੇ ਕਰ ਰਹੇ ਆ। ਸੋ ਰਿਤੂ ਕਲੋਥ ਹਾਊਸ ਇਸ ਵੇਲੇ ਕਿੱਥੇ ਖੜਾ, ਰਿਤੂ ਕਲੋਥ ਹਾਊਸ ਕਿਵੇਂ ਫਾਇਦੇ ਕਰਦਾ? ਵੈਸੇ ਤਾਂ 365 ਦਿਨ ਇਹ ਨਾਲ ਖੜੇ ਹੁੰਦੇ ਆ, ਲੋਕਾਂ ਦੇ ਫਾਇਦੇ ਕਰਦੇ ਆ, ਅਤੇ ਇਸ ਵਾਰ ਕਿਹੜੇ ਕਿਹੜੇ ਫਾਇਦੇ ਆ ਉਹ ਵੀ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਕਿਉਂਕਿ ਸਭ ਤੋਂ ਪਹਿਲਾਂ ਜਿਹੜੇ ਇੱਥੇ ਕੰਬਲ ਹੈਗੇ ਆ ਨਾ, ਹੁਣ ਮੌਸਮ ਠੰਡ ਦਾ ਹੈਗਾ, ਅਤੇ ਕੰਬਲਾਂ ਦੇ ਵਿੱਚ ਇਹਨਾਂ ਨੇ ਸਭ ਤੋਂ ਵੱਡਾ ਰਾਜ ਖੋਲਿਆ ਸੀ ਪੂਰੇ ਪੰਜਾਬ ਦੇ ਵਿੱਚ। ਨਹੀਂ ਤਾਂ ਤੁਸੀਂ ਕਿਸੇ ਵੀ ਪਾਸੇ ਜਾਂਦੇ ਹੀ ਤੁਹਾਨੂੰ ਕਹਿੰਦੇ ਸੀ ਆਹ ਕੰਬਲ ਇੰਨੇ ਦਾ, ਇਹ ਇੰਨੇ ਦਾ। ਇਹਨਾਂ ਨੇ ਦੱਸਿਆ ਸੀ ਵੀ ਕੰਬਲ ਵੀ ਜਿਵੇਂ ਫਲ ਫਰੂਟ ਸਬਜ਼ੀਆਂ ਤੁਸੀਂ ਕਿਲੋਆਂ ਦੇ ਵਿੱਚ ਜੋ ਕੇ ਲੈਂਦੇ ਹੋ ਕੰਬਲ ਵੀ ਜੋ ਕੇ ਮਿਲਦੇ ਹੈਗੇ, ਅਸੀਂ ਉਹਦੇ ਵਿੱਚ ਤੁਹਾਡੇ ਪੈਸੇ ਬਚੇ ਸੀਗੇ। ਸੋ ਅੱਜ ਵੀ ਉਹਦੇ ਬਾਰੇ ਗੱਲਬਾਤ ਕਰਾਂਗੇ। ਭਾਈ ਸਤਿ ਸ਼੍ਰੀ ਅਕਾਲ, ਕਿੱਦਾਂ ਠੀਕ ਹੋ ਜੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਬਹੁਤ ਵਧੀਆ ਜੀ ਪਹਿਲਾਂ ਤਾਂ ਸਰ। ਬਹੁਤ ਵੱਡੀ ਗੱਲ ਆਪਾਂ ਕਰਾਂਗੇ ਦੀਵਾਲੀ ਦੇ ਲਈ, ਹੈ ਨਾ, ਦੀਵਾਲੀ 'ਤੇ ਕੀ ਤੁਹਾਡੀਆਂ ਔਫਰਸ ਹੈਗੀਆਂ ਉਹ ਵੀ ਆਪਾਂ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਆਪਾਂ ਅੱਜ ਇੱਥੇ ਬਾਹਰ ਖੜੇ ਹਾਂ ਵੀ ਜਿਹੜੇ ਕੰਬਲ ਹੈਗੇ ਆ ਕੰਬਲਾਂ ਦੇ ਵਿੱਚ ਕੀ ਰੇਂਜ ਤੁਹਾਡੀ ਆ ਚੁੱਕੀ ਆ, ਕਿੱਦਾਂ ਇਹ ਡਿਜ਼ਾਇਨ ਆ ਚੁੱਕੇ ਆ, ਅਤੇ ਤੁਸੀਂ ਅੱਜ ਵੀ ਤੋਲ ਕੇ ਦੇ ਰਹੇ ਹੋ ਕੰਬਲ ਕਿ ਜਾਂ ਫਿਰ ਹੁਣ ਸਿੱਧਾ ਰਲਾ ਤਾਂ ਰੇਟ ਵੀ ਇੰਨੇ 'ਚ ਇੰਨੇ ਲੈ ਜਾਓ? ਜੋ ਰੀਤ ਚਲਾਈ ਸੀ ਵੀਰੇ ਪੂਰੇ ਪੰਜਾਬ 'ਚ ਕੀ ਪੂਰੇ ਇੰਡੀਆ ਦੇ ਵਿੱਚ ਰੀਤ ਚਲਾਈ ਸੀਗੀ, ਕਿਉਂਕਿ ਲੋਕਾਂ ਨੂੰ ਪਤਾ ਨਹੀਂ ਸੀ ਵੀ ਕੰਬਲ ਵੀ ਤੁਲ ਕੇ ਵੇਚਦੇ ਨੇ, ਔਰ ਲੋਕ ਕੀ ਕਰਦੇ ਸੀ 700 ਵਾਲੇ ਕੰਬਲ ਦਾ ਮੰਗਦੇ ਸੀ ਕਿ ਸਿੱਧਾ 1300 ਰੁਪਏ 1000 ਰੁਪਏ ਟਿਕਟਾਂ ਦੀ ਲਗਾ ਕੇ ਲਗੋਚਰ ਦੇ ਦਿੰਦੇ ਸੀਗੇ, ਲੇਕਿਨ ਅਸੀਂ ਇਹ ਭੇਤ ਖੋਲੇ ਸੀਗੇ ਵੀ ਕੰਬਲ ਵੀ ਤੁਲ ਕੇ ਮਿਲਣਗੇ। ਔਰ ਇਸ ਵਾਰ ਜਿਹੜੀ ਮੈਂ ਕੁਆਲਿਟੀ ਵੀ ਲੈ ਕੇ ਸਾਰੀ ਐਕਸਪੋਰਟ ਦੀ ਲੈ ਕੇ ਆਇਆ, ਸਾਰਾ ਕੰਬਲ ਮੈਂ ਜੂਨ ਦੇ ਵਿੱਚ ਸਟਾਕ ਕਰ ਲਿਆ ਸੀਗਾ, ਸਾਰਾ ਕੰਬਲ ਜਦ ਤੱਕ
मैं पहले दिन तो कह रहा जब तक परमात्मा ने बल बख्शिया पूरी मेहनत करा ठीक है जी अज की डेट के जो कंबल है तोल के ही लैके आया मैं भाजी जी आप देखिए चलो कंबल तो बहुत है ना ये भी आप चेक कर लें साढ़े लोगों भी दसो भी अजमे आ कंबल आ ਇਹਦਾ ਕੀ ਰੇਟ ਹੈਗਾ ਕਿ ਕਿੱਦਾਂ ਦਊਂਗੇ ਦੇਖੋ ਮੂੰਹ ਜਵਾਨੀ ਕੋਈ ਵੀ ਗੱਲ ਨਹੀਂ ਕਰਨੀ ਤੋਲ ਕੇ ਗੱਲ ਕਰਾਂਗੇ ਅੱਜ ਅੰਦਰ ਆਓ ਕੰਟੇ ਤੇ ਤੁਹਾਨੂੰ ਰੱਖ ਕੇ ਦਿਖਾਉਂਗਾ ਸੋ ਇਹਨਾਂ ਨੇ ਇੱਕੋ ਹੀ ਦੁਕਾਨ ਆ ਪੰਜਾਬ ਦੇ ਵਿੱਚ ਜਿਹੜੀ ਦੁਕਾਨ ਦੇ ਉੱਤੇ ਕੰਡਾ ਵੀ ਰੱਖਿਆ ਹੋਇਆ ਸੂਟਾਂ ਵਾਲੀ ਦੁਕਾਨ ਤੇ ਤੁਸੀਂ ਕਦੇ ਕੰਡਾ ਨਹੀਂ ਦੇਖਿਆ ਹੋਊਗਾ ਇਹਦਾ ਚੈੱਕ ਕਰ ਲਓ ਸਾਰੀ ਜ਼ੀਰੋ ਆਈ ਹੋਈ ਹੈ ਜੀ ਹੁਣ ਤੁਹਾਡੇ ਸਾਹਮਣੇ ਆਪਾਂ ਕੈਮਰੇ ਦੇ ਸਾਹਮਣੇ ਆਪਾਂ ਕੰਡੇ ਦੇ ਵਿੱਚ ਰੱਖਣਾ ਹੈ ਠੀਕ ਹੈ ਜੀ ਆ ਰੱਖਤਾ ਤੁਸੀਂ weight ਚੈੱਕ ਕਰ ਲਿਓ 2 ਕਿਲੋ 367 ਗ੍ਰਾਮ ਬਣਿਆ ਜੀ ਇਦਾਂ ਹੀ ਆਪਾਂ ਕੈਲਕੂਲੇਟਰ ਦੇ ਲਾਉਣਾ 2 ਕਿਲੋ 367 ਗ੍ਰਾਮ 40 ਰੁਪਏ ਕਿਲੋ ਦਾ ਰੇਟ ਕੱਢਿਆ ਜੀ ਮੈਂ ਔਰ 240 ਨੂੰ ਗੁਣਾ ਕਰਨੀ ਹੈ ਜੀ ਮੈਂ 568 ਰੁਪਏ ਦਾ ਕੰਬਲ ਬਣ ਗਿਆ ਜੀ ਸੋ ਤੁਹਾਨੂੰ ਇਹ ਕੰਬਲ 568 ਰੁਪਏ ਦਾ ਮਿਲਦਾ ਇਹ ਸਿਰਫ 568 ਤੁਹਾਨੂੰ ਇੱਥੇ ਮਿਲਣਾ ਜੇ ਹੋਰ ਪਾਸੇ ਜਾਣਾ ਤਾਂ ਇਹੀ ਕੰਬਲ ਤੁਹਾਨੂੰ 800 ਜਾਂ 1000 ਰੁਪਏ ਦੇ ਵਿੱਚ ਮਿਲਣਾ ਸੀ ਤੁਸੀਂ ਇਹ ਦੇਖ ਲਓ ਵੀ ਪੂਰੇ ਪੰਜਾਬ ਦੇ ਵਿੱਚ ਇੱਕੋ ਹੀ ਦੁਕਾਨ ਆ ਜਿੱਥੇ ਕੰਡਾ ਰੱਖਿਆ ਆ ਸੂਟਾਂ ਦੀ ਦੁਕਾਨ ਤੇ ਕਦੇ ਕੰਡੇ ਨਾ ਤੁਸੀਂ ਸੁਣੇ ਹੋਣੇ ਆ ਨਾ ਦੇਖਣੇ ਪਰ ਇੱਥੇ ਹੈਗੇ ਆ ਇਹਦਾ ਮਕਸਦ ਇਹ ਸੀ ਵੀ ਤੁਹਾਡੇ ਨਾਲ ਪਾਰਦਰਸ਼ੀ ਕਰਨੀ ਤੁਹਾਡੇ ਫਾਇਦੇ ਕਰਨ ਇਸ ਤਰ੍ਹਾਂ ਇਹ ਕੰਮ ਇੱਥੇ ਕਰ ਰਹੇ ਆ ਸੋ ਭਾਜੀ ਪਿਛਲੇ ਦਿਨ ਤੁਸੀਂ ਗਡਾਊਨ ਵੀ ਦਿਖਾਇਆ ਸੀ ਨਾ ਘਰ ਦੇ ਵਿੱਚ ਬਹੁਤ ਸਾਰੀਆਂ ਟਾਂਕਾਂ ਲੱਗੀਆਂ ਸੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਸਟਾਕ ਤੁਸੀਂ ਜਮ੍ਹਾਂ ਕੀਤਾ ਹੋਇਆ ਸੀਗਾ ਅੱਜ ਵੀ ਹੈਗਾ ਬਿਲਕੁਲ ਜੀ ਅੱਜ ਵੀ ਪੂਰੇ ਕੰਫੀਡੈਂਸ 'ਚ ਉਹੀ ਕੰਫੀਡੈਂਸ ਉਹੀ ਆ ਪਿਛਲੀ ਵਾਰ ਤਾਂ ਲੋਕਾਂ ਨੇ ਮੈਨੂੂੰ ਇਹ ਵੀ ਟਿਚਰਾ ਕਰਤੇ ਸੀ ਭਾਜੀ ਕੰਡਾ ਰੱਖ ਕੇ ਕਿਤੇ ਫਰੂਟ ਦਾ ਕੰਮ ਤਾਂ ਹੀ ਨਾਲ ਕਰਨ ਲੱਗੇ ਉਹ ਲੋਕਾਂ ਨੂੰ ਮੈਂ ਦਿਖਾਉਣਾ ਚਾਹੁੰਦਾ ਸੀ ਕੰਬਲ ਵੀ ਜੋਕ ਕੇ ਵੇਚਦੇ ਆ ਜਿਹੜਾ ਸਾਨੂੰ ਕੱਪੜਾ ਜੁੱਕ ਕੇ ਆਉਂਦਾ ਜੁੱਕ ਕੇ ਹੀ ਵੇਚਦੇ ਆ ਸੀ ਰਹੀ ਗੱਲ ਗੋਦਾਮ ਦੀ ਆਪਾਂ ਅੱਜ ਗੋਦਾਮ 'ਚ ਚੱਲਦੇ ਹਾਂ ਉਰੇ ਦਿਖਾਣਾ ਹੀ ਨਹੀਂ ਕੁਛ ਨੂੰ ਸਾਰਾ ਕੋਈ ਗੋਦਾਮ 'ਚ ਸੋ ਅੱਜ ਆਪਾਂ ਗਰਾਊਂਡ 'ਚ ਜਾਂਦੇ ਆ ਉੱਥੇ ਦੇਖਾਂਗੇ ਕਿੱਦਾਂ ਦੀ ਵੈਰਾਈਟੀ ਆ ਕਿਉਂਕਿ ਨਵੀਂ ਨਵੀਂ ਵੈਰਾਈਟੀ ਇੱਥੇ ਆ ਚੁੱਕੀ ਆ ਸੋ ਵੀਡੀਓ ਨੂੰ ਤੁਸੀਂ ਤੁਰ ਤੱਕ ਦੇਖ ਲਿਓ ਇਹਦੇ ਵਿੱਚ ਤੁਹਾਡੇ ਫਾਇਦੇ ਕਰਾਂਗੇ ਸੂਟਾਂ ਦੇ ਪ੍ਰਾਈਸ ਕੀ ਆ ਉਹ ਵੀ ਤੇ ਨਾਲ ਜੋ ਇਹਨਾਂ ਵੱਲੋਂ ਗਿਫਟ ਦਿੱਤੇ ਜਾਣਗੇ ਜਾਂ ਕਿੱਦਾਂ ਉਹ ਆਪਾਂ ਦੇਖਾਂਗੇ ਸੋ ਬਾਈ ਜੀ ਆਪਾਂ ਚੱਲਦੇ ਹਾਂ ਉਧਰ ਬਿਲਕੁਲ ਜੀ ਚਲੋ ਗ੍ਰਾਮ 'ਚ ਆਪ ਹੁਣ ਚੱਲਦੇ ਹਾਂ ਦੇਖਦੇ ਹਾਂ ਵੈਰਾਈਟੀ ਸਲੋ ਜੀ ਹੁਣ ਆਪਾਂ ਪਹੁੰਚ ਚੁੱਕੇ ਹੈਗੇ ਅੰਦਰ ਤੇ ਅੰਦਰ ਵੀ ਦੇਖਦੇ ਹਾਂ ਕਿਉਂਕਿ ਇੱਥੇ ਸਰਦੀਆਂ ਦੇ ਵਿੱਚ ਕੱਪੜੇ ਪਾਉਣ ਵਾਲੇ ਵੈਡਿੰਗ ਸੀਜ਼ਨ ਦੇ ਵਿੱਚ ਸਾਰੇ ਤਰ੍ਹਾਂ ਦੀ ਇੱਥੇ ਕੀ ਵੈਰਾਈਟੀ ਆਪਾਂ ਉਹ ਵੀ ਦੇਖਾਂਗੇ ਕਿਉਂਕਿ ਬਾਈ ਜੀ ਹੁਣਾਂ ਦੇ ਘਰ ਦੇ ਵਿੱਚ ਆਪਾਂ ਪਹੁੰਚੇ ਹੈਗੇ ਆ ਸੋ ਇੱਥੇ ਤੁਸੀਂ ਇਹ ਵੀ ਦੇਖ ਸਕਦੇ ਆ ਵੀ ਲੋਕਾਂ ਦੇ ਘਰਾਂ ਦੇ ਵਿੱਚ ਤਾਂ ਸੋਫੇ ਹੁੰਦੇ ਆ ਪਰ ਇਹਨਾਂ ਦੇ ਕੁੰਜੇ ਸਾਰੇ ਪਾਸੇ ਜਿਹੜੇ ਸੂਟਾਂ ਨਾਲ ਕੰਬਲਾਂ ਨਾਲ ਭਰੇ ਹੋਏ ਆ ਬਾਈ ਜੀ ਤੁਸੀਂ ਤਾਂ ਆਪਣੇ ਘਰ ਨੂੰ ਵੀ ਦੁਕਾਨ ਦਾ ਰੂਪ ਧਾਰਿਆ ਹੋਇਆ ਹਾਂਜੀ ਹਾਂ ਬਿਲਕੁਲ ਵੀਰੇ ਲੋਕਾਂ ਦਾ ਪਿਆਰ ਆ ਸਹਿਯੋਗ ਆ ਵੀ ਉਨੀ ਮਿਹਨਤ ਕਰਦੇ ਹਾਂ ਜਦੋਂ ਲੋਕਾਂ ਦਾ ਫਾਇਦਾ ਹੋਣਾ ਚਾਹੀਦਾ ਜੀ ਦੇਖੋ ਬੈਠਣਾ ਤਾਂ ਇੱਥੇ ਵੀ ਬਹਿ ਜਾਵਾਂਗੇ ਜੇ ਬੈਠਣ ਦੀ ਗੱਲ ਕਰੀਏ ਹੈਨਾ ਇਹਦੇ ਨਾਲ ਲੋਕਾਂ ਦਾ ਫਾਇਦਾ ਹੋ ਰਿਹਾ ਸਾਨੂੰ ਕੋਈ ਦਿੱਕਤ ਨਹੀਂ ਇਸ ਚੀਜ਼ 'ਚ ਸੋ ਇਹ ਗੱਲ ਦੇਖਣ ਨੂੰ ਮਿਲੀ ਵੀ ਦੁਕਾਨ ਵੀ ਪੂਰੀ ਓਵਰਲੋਡਡ ਆ ਤੇ ਘਰ ਨੂੰ ਵੀ ਤੁਸੀਂ ਗਰਾਊਂਡ ਦਾ ਰੂਪ ਦੇ ਦਿੱਤਾ ਇਸ ਵੇਲੇ ਪੂਰਾ ਗਰਾਊਂਡ ਦਾ ਰੂਪ ਇਹਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਆ ਹੁਣ ਇਹਦੇ ਵਿੱਚ ਸਰਦੀਆਂ ਦੀ ਮਿਕਸ ਵੈਰਾਈਟੀ ਸਿਲਕ ਬਹੁਤ ਕੁਝ ਪਿਆ ਜੀ ਮੇਰੇ ਕੋਲ ਘਰੇ ਕਿੰਨੇ ਕੁ ਤੋਂ ਸ਼ੁਰੂ ਹੁੰਦਾ ਇਹ ਮੇਰੇ ਕੋਲ ਸਟਾਰਟਿੰਗ 235 ਰੁਪਏ ਤੋਂ ਹੋ ਜਾਂਦੀ ਹੈ ਲੇਕਿਨ ਜਿਹੜੀ ਜਿਹੜੀ ਮੇਰੇ ਚੀਜ਼ ਮੁਰੇ ਆਈ ਜਾਂਦੀ ਮੈਂ ਉਹੀ ਉਹੀ ਦਿਖਾਈ ਜਾਊਂਗਾ ਜੀ ਇਹ ਚ ਦਿਖਾਓ ਤੁਸੀਂ ਥੋੜੇ ਜਿਹਾ ਪਹਿਲਾਂ ਫੋਰ ਐਗਜ਼ਾਮਪਲ ਦੇ ਤੌਰ ਤੇ ਆਪਾਂ ਆਹੀ ਸੂਟ ਚੱਕਦੇ ਆ ਪਹਿਲਾਂ ਜੀ ਆ ਲਓ ਜੀ ਪਿਓਰ ਪਸ਼ਮੀਨੇ ਦਾ ਸੂਟ ਆ ਜੀ ਠੀਕ ਆ ਜੀ ਨਾਲ ਇਹਦੇ ਮੈਚਿੰਗ ਆਊਗੀ ਬਾਟਮ ਨਾਲ ਆਊਗਾ ਇਹਦੇ ਸਟਾਲ ਸਿਰਫ 350 ਰੁਪਏ ਰੇਂਜ ਆ ਪਿਓਰ ਪਸ਼ਮੀਨੇ ਦਾ ਤੁਸੀਂ ਸਟੱਫ ਹੈਵੀ ਆ ਕੋਈ ਹਲਕਾ ਸਟੱਫ ਨਹੀਂ ਇਸ ਤੋਂ ਜੇ ਹਲਕਾ ਵੀ ਲੈਣਾ ਸਾਡੇ ਕੋਲ 250 ਰੁਪਏ ਦਾ ਵੀ ਹੈਗਾ 235 ਦਾ ਵੀ ਹੈਗਾ ਚੀਜ਼ਾਂ ਸਾਡੇ ਕੋਲ ਵਾਧੂ ਨੇ ਜੀ ਆ ਲਓ ਜੀ ਜਿਵੇਂ ਆਪਾਂ ਬੈਗਾਂ ਦੀ ਗੱਲ ਕਰੀਏ ਆ ਲਓ ਲੋਕਾਂ ਨੇ ਫੈਂਸੀ ਆਈਟਮਾਂ ਲੈਣੀਆਂ ਨੇ ਆ ਲਓ ਜੀ ਫੈਂਸੀ ਆਈਟਮਾਂ ਗਰਮ ਦੇ ਵਿੱਚ ਵੀ ਫੈਂਸੀ ਆਈਟਮਾਂ ਜੀ ਸਿਰਫ 450 ਰੁਪਏ ਦੀ ਰੇਂਜ ਆ ਜੀ ਸਾਡੇ ਹਰੇਕ ਦੇ ਉੱਤੇ ਇੱਦਾਂ ਆਪਣਾ ਰੇਟ ਟੈਗ ਲੱਗਿਆ ਹੋਊ ਕੋਈ ਕੋਡ ਨਹੀਂ ਕੋਈ ਕੁਛ ਨਹੀਂ ਨੈਟ ਰੇਟ ਨੇ ਚਾਹੇ ਬੱਚੇ ਨੂੰ ਵੀ ਭੇਜ ਦਿਓ ਇੱਕੋ ਰੇਟ ਲੱਗਣਾ ਆ ਲਓ ਆ ਸਟਾਲ ਵੀ ਖੁੱਲਾ ਡੁੱਲਾ ਲੱਗਾ 450 ਸੂਟ ਨਾਲ ਸਟਾਲ ਨਾਲ ਹੈਗਾ ਦੇਖੋ ਜੀ ਤੁਸੀਂ ਕਲਰ ਦੀ ਗੱਲ ਕਰੋਗੇ ਕਲਰਾਂ ਦੀ ਬਹੁਤ ਭਰਮਾਰ ਆ ਇਹਦੇ ਵਿੱਚ ਆ ਦੇਖੋ 8-8 ਕਲਰ ਦੇ ਪੈਕਟ ਨੇ ਸੂਟ ਜਿੰਨੇ ਮਰਜ਼ੀ ਲੈ ਲਓ ਮੇਰੇ ਇੱਕ ਨਾਲ ਦੇ ਘੱਟੋ ਘੱਟ ਨਾ 20 25 ਸੂਟ ਇੱਕ ਨਾਲ ਦੇ ਪਏ ਆ ਜੀ ਆ ਦੇਖੋ ਹੁਣ ਜਿਵੇਂ ਅਗਲੀ ਆਈਟਮ ਕੱਢੀਏ ਆਪਾਂ ਬੈਗਾਂ ਦੀ ਗੱਲ ਕਰੀਏ ਸਰਦੀਆਂ ਦੇ ਸੂਟ ਨੇ ਪਿਓਰ ਪਸ਼ਮੀਨੇ ਦੇ ਔਰ ਸਾਰਾ ਫਰੈਸ਼ ਸਟਾਕ ਆ ਲੋਕ ਕੀ ਕਰਦੇ ਨੇ ਪਹਿਲਾਂ ਪੁਰਾਣਾ ਸਟਾਕ ਕੱਢਦੇ ਨੇ ਸਾਡੇ ਕੋਲ ਪੁਰਾਣਾ ਬਚਦਾ ਹੀ ਨਹੀਂ ਜੀ ਅਸੀਂ ਨਵਾਂ ਹੀ ਵੇਚਣਾ ਸਿਰਫ 500 ਰੁਪਏ ਰੇਂਜ 'ਚ ਆਇਆ ਚੀਜ਼ ਦੀ ਕੁਆਲਿਟੀ ਦੇਖੋ ਨਾਲ ਪੂਰਾ ਖੁੱਲ੍ਹਾ ਡੁੱਲਾ ਸਟਾਲ ਹੋਊਗਾ ਸ਼ੋਅ ਜੀ ਇਹਨਾਂ ਨੂੰ ਆ ਲਓ ਲੋਕ ਛੋਟੀ ਸਟੋਲੀ ਲਾ ਦਿੰਦੇ ਨੇ 1.5 ਮੀਟਰ ਦੀ ਸਾਡੀ 2.5 ਮੀਟਰ ਦੀ ਕੱਟ ਪੂਰੀ ਹੋਊਗੀ 2 ਮੀਟਰ 2.25 ਮੀਟਰ ਇੱਦਾਂ ਹੋਊਗੀ ਆ ਲਓ ਜੀ ਰੰਗ ਦੇਖੋ ਇਹਦੇ ਕਲਰ ਚਾਰਟ ਦੇਖੋ ਕਿੰਨੇ ਸੋਹਣੇ ਸੋਹਣੇ ਨੇ ਇਹਨਾਂ ਦੇ ਸਾਰੇ ਸਰਦੀਆਂ ਵਾਲੇ ਸੂਟ ਨੇ ਬਾਕੀ ਇਸ ਤੋਂ ਇਲਾਵਾ ਆ ਦੇਖੋ ਫੈਂਸੀ ਆਈਟਮਾਂ ਲੈਣੀਆਂ ਫੈਂਸੀ ਵੀ ਹੈਗੀਆਂ ਨੇ ਹੁਣ ਜੋ ਚੀਜ਼ ਮੇਰੇ ਮੂਹਰੇ ਆਉਂਦੀ ਆ ਮੈਂ ਰੇਟ ਦੇਖ ਕੇ ਤਾਂ ਖੇਡਦਾ ਜੀ ਲੋਕ ਕਹਿੰਦੇ ਪਿਓਰ ਵੈਲਵੇਟ ਦਾ ਸੂਟ ਆ ਜੀ ਆਹ ਦੇਖੋ ਜੀ ਕੁਆਲਿਟੀ ਦੇਖੋ ਲੁੱਕ ਦੇਖੋ ਸੂਟ ਦੀ ਆ ਫੋਟੋ ਵਾਲਾ ਸੇਮ ਡਿਜ਼ਾਈਨ ਇਦਾਂ ਦਾ ਬਣਨਾ ਹੈ ਠੀਕ ਆ ਜੀ ਪਸ਼ਮੀਨੇ ਦੀ ਉਹ ਬੋਟਮ ਆ ਡਿਜੀਟਲ ਸ਼ੋਲ ਆ ਨਾਲ 1680 ਰੁਪਏ ਰੇਂਜ ਆ ਜੀ ਗਰਲੀ ਸ਼ਰਟ ਮਾ ਦੇਖੋ ਕਿੰਨੀ ਸੋਹਣੀ ਚੀਜ਼ ਆ ਗਰਲੀ ਚੀਜ਼ ਮੁੱਖ ਦੀ ਗੱਲ ਇਹ ਆ ਵੀ ਸਰਦੀਆਂ ਵਾਲੇ ਕੱਪੜੇ ਹੈ ਨਾ ਸੂਟ ਤੁਹਾਡੇ ਕੋਲ ਤੁਸੀਂ ਚਾਹੁੰਦੇ ਹੋ ਸਾਰੇ ਤਰ੍ਹਾਂ ਦੇ ਹੈਗੇ 250 ਰੁਪਏ ਤੋਂ ਸ਼ੁਰੂ ਹੋ ਜਾਂਦਾ ਤੁਸੀਂ 400 500 2000 ਤੱਕ ਵੀ ਲੈਣਾ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਕਿਉਂਕਿ ਰਿਤੂ ਕਲੋਥ ਹਾਊਸ ਨੇ ਪਹਿਲਾਂ ਹੀ ਕਿਹਾ ਸੀ ਵੀ ਤੁਹਾਨੂੰ ਸਸਤੇ ਤੋਂ ਸਸਤਾ ਮਿਲ ਜਾਣਾ ਮਹਿੰਗੇ ਤੋਂ ਮਹਿੰਗੇ ਮਿਲ ਜਾਣਾ ਤੁਸੀਂ ਜਿੱਦਾਂ ਦੀ ਵੀ ਰੇਂਜ ਲੈਣੀ ਚਾਹੁੰਦੇ ਇੱਥੇ ਆ
ਲੈ ਕੇ ਜਾ ਰਹੇ ਆ। ਸੋ ਪਾਰਟੀ ਵੇਅਰ ਸੂਟਾਂ ਦੇ ਵਿੱਚ ਕਿੱਦਾਂ ਦੀ ਵੈਰਾਈਟੀ ਨਵੀਂ ਆ ਚੁੱਕੀ ਆ? ਜੀ ਮੈਂ ਕਿਹਾ ਜੀ ਬਹੁਤ ਜ਼ਿਆਦਾ ਭਰਮਾਰ ਆ ਚੁੱਕੀ ਹੈ ਜੀ, ਤੁਸੀਂ ਦੇਖ ਸਕਦੇ ਹੋ ਸਾਰੇ ਹੀ ਮੇਰਾ ਘਰ ਦੇ ਵਿੱਚ ਮਾਲ ਹੀ ਮਾਲ ਭਰਿਆ ਪਿਆ। ਇਹ ਦੇਖ ਲਓ ਵੀ ਆ ਲੌਬੀ ਵੀ ਪੂਰੀ ਹੈ ਨਾ ਓਵਰ ਸਟਾਕ ਹੈਗੀ ਆ, ਓਵਰਲੋਡਡ ਹੈਗੀ ਆ। ਤੁਸੀਂ ਦੇਖ ਲਓ ਥੱਲੇ ਸੂਟ ਹੀ ਸੂਟ ਹੈਗੇ ਆ, ਆ ਬੋਰਿਆਂ ਦੇ ਵਿੱਚ ਕੰਬਲ, ਉੱਪਰ ਜੇ ਆਪਾਂ ਚਵਾਰੇ ਵੀ ਦੇਖ ਲਈਏ ਤਾਂ ਉੱਪਰ ਦੀਆਂ ਛੱਤਾਂ ਵੀ ਦੇਖ ਲਈਏ ਉਹ ਵੀ ਚਾਦਰਾਂ ਅਤੇ ਕੰਬਲਾਂ ਨਾਲ ਭਰੀਆਂ ਹੋਈਆਂ ਆ। ਸੋ ਕੋਈ ਖਾਨਾ ਛੱਡਿਆ ਨਹੀਂ ਤੁਸੀਂ ਖਾਲੀ? ਮੈਂ ਕਿਹਾ ਜੀ ਬਿਲਕੁਲ ਨਹੀਂ ਛੱਡਿਆ, ਇਹ ਸਾਰਾ ਲੋਕਾਂ ਲਈ ਹੈ। ਆਪਣਾ ਅਸੀਂ ਲੋਕ ਸਾਨੂੰ ਪਿਆਰ ਦਿਖਾ ਰਹੇ ਨੇ, ਅਸੀਂ ਲੋਕਾਂ ਲਈ ਸਟੋਕ ਓਵਰਲੋਡ ਲੈ ਰਹੇ ਹਾਂ ਜੀ। ਪਾਰਟੀ ਵੇਅਰ ਸੂਟਾਂ ਦੇ ਵਿੱਚ ਕਿੱਦਾਂ ਦੀ ਵੈਰਾਈਟੀ ਆਏਗੀ? ਮੈਂ ਕਿਹਾ ਜੀ ਆ ਲਓ ਸਸਤੇ ਤੋਂ ਸਸਤਾ 200 ਵਾਲਾ ਸੂਟ ਵੀ ਪਿਆ ਮੇਰੇ ਕੋਲ ਫਿਲਹਾਲ ਵੀਰੇ, ਆਪਾਂ ਦਿਖਾਉਣਾ ਹੀ ਨਹੀਂ ਹੈਗਾ ਹੁਣ, ਆਪਾਂ 350 ਦੀ ਰੇਂਜ ਤੋਂ ਸਟਾਰਟ ਕਰਦੇ ਹਾਂ ਸੂਟ। ਆ ਲਓ ਜੀ ਹੈਂਡ ਵਰਕ ਵਾਲਾ ਸੂਟ, ਗਰਲਿਸ਼ ਪੀਸ ਜੀ, 350 ਰੁਪਏ ਦੀ ਰੇਂਜ, ਤੁਸੀਂ ਚੈੱਕ ਕਰ ਲਓ ਜੀ। ਬਹੁਤ ਸੋਹਣੇ ਸੋਹਣੇ ਉਹ ਰੰਗ ਵੀ ਦੇਖੋ, ਰੰਗਾਂ ਮੈਚੀ ਬਹੁਤ ਸੋਹਣੀ ਹੈ ਜੀ ਇਹਨਾਂ ਦੇ ਵਿੱਚ। ਆਹ ਦੇਖੋ ਹੁਣ ਸਰਦੀ ਵਾਲੇ ਸੂਟ ਦੀ ਗੱਲ ਕਰੀਏ, ਤੁਹਾਨੂੰ ਮੈਂ ਕਹੀ ਸਸਤਾ ਵੀ ਹੈਗਾ ਸਸਤਾ। ਆਹ ਦੇਖੋ ਮੂਹਰੇ ਜਿਹੜੀ ਚੀਜ਼ ਆ ਜਾਵੇ ਉਹੀ ਦਿਖਾ ਦਈਏ, ਵਧੀਆ ਹੁੰਦੀ ਹੈ ਜੀ। ਆ ਲਓ 350 ਰੁਪਏ ਦੀ ਰੇਂਜ, ਰੰਗ ਮੈਚਿੰਗ ਦੇਖੋ ਕਿੰਨੀ ਸੋਹਣੀ, ਸਟੋਲ ਸੂਟ ਨੇ ਜੀ। ਜਿਹੜਾ ਅੱਜ ਦਾ ਭਾਅ ਵੀ ਜਿਵੇਂ ਕਹਿੰਦੇ ਸੂਰਤ ਬੰਦ ਹੋ ਗਈ ਜੀ, ਸੂਰਤ ਕੱਪੜਾ ਤੇਜ਼ ਹੋ ਗਿਆ ਜੀ, ਅੱਜ ਵੀ ਉੱਥੇ 310 ਰੁਪਏ ਹੋਲਸੇਲ ਰੇਟ ਆ, ਲੇਕਿਨ 350 ਮੈਂ ਰਿਟੇਲ ਕਰ ਰਿਹਾ, 30 ਰੁਪਏ 40 ਰੁਪਏ ਸੂਟ ਮਾਰਜਨ ਲੈ ਰਹੇ ਹਾਂ, ਸਾਨੂੰ ਇੰਨਾ ਕੁ ਜਾਇਜ਼ ਆ ਸਾਡੇ ਲਈ। ਇੱਥੇ ਸਿੱਧਾ ਸਿੱਧਾ ਜਿਹਾ ਕੰਮ ਜਿਹਾ ਕੀਤਾ ਜਾਂਦਾ, ਜੇ ਤੁਸੀਂ ਹੋਰ ਕਿਸੇ ਦੁਕਾਨਾਂ 'ਤੇ ਚੱਲ ਜਾਂਦੇ ਉੱਥੇ ਲਾਈਟਾਂ ਲੂਟਾਂ ਲੱਗ ਜਾਣੀਆਂ, ਡੰਮੀਆਂ ਲੱਗ ਜਾਣੀਆਂ, ਡੈਕੋਰੇਸ਼ਨ ਹੋ ਜਾਣੀ, ਜਿਹੜੀ 350 ਵਾਲਾ ਸੂਟ ਆ ਇਹੀ 800 ਰੁਪਏ ਦੇ ਵਿੱਚ ਪੈ ਜਾਂਦਾ ਨਾ। ਇੱਥੇ ਆ ਜਿੱਦਾਂ ਆਉਂਦੇ ਹੈਗੇ ਫੈਕਟਰੀਆਂ ਦੇ ਵਿੱਚੋਂ, ਫੈਕਟਰੀਆਂ ਵਾਲੇ ਰੇਟਾਂ 'ਤੇ ਸਾਨੂੰ ਦਿੱਤੇ ਜਾ ਰਹੇ ਆ ਸੂਟ, ਅਤੇ ਥੋੜ੍ਹੇ ਜਿਹੇ ਮਾਰਜਨ ਦੇ ਨਾਲ ਵੇਚਿਆ ਜਾ ਰਿਹਾ, ਤਾਂ ਕਰਕੇ ਲੋਕ ਇੱਥੇ ਜ਼ਿਆਦਾ ਤੌਰ 'ਤੇ ਜੁੜੇ ਹੋਏ ਆ। ਆਦੋ ਜੀ ਪੇਂਟ ਵਾਲੇ ਲੋਕਾਂ, ਪੇਂਟ ਵਾਲੇ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਆ ਹੁਣ। ਤੁਹਾਨੂੰ ਮੈਂ ਹਰ ਵੀਡੀਓ 'ਚ ਕਹਿਣਾ ਹੁੰਦਾ ਬਜਾਜੀ ਬੇਅੰਦਾਜੀ ਜੀ, ਹੁਣ ਤੁਹਾਨੂੰ ਮੈਂ ਐਗਜ਼ਾਮਪਲ ਵੀ ਦੇਣ ਲੱਗਿਆ ਜੀ। ਆਹ ਮੇਰੇ ਕੋਲ ਸੂਟ ਆਇਆ ਜੀ ਬਲੌਕ ਪੇਂਟ ਦੇ ਉੱਤੇ, ਠੀਕ ਹੈ ਜੀ, ਨਾਲ ਦੁਪੱਟਾ ਇਹਦੇ ਇੱਦਾਂ ਦਾ ਆਏਗਾ ਜੀ ਚਨੌਨ ਦਾ, ਇਹਦੀ ਰੇਟ ਹੈਗਾ 1380 ਰੁਪਏ ਜੀ, ਠੀਕ ਹੈ ਜੀ। ਇੱਕ ਸੂਟ ਮੇਰੇ ਕੋਲ ਆਇਆ ਬਲੌਕ ਪੇਂਟ ਦਾ, ਹੋਰ ਤੁਹਾਨੂੰ ਉਹਦਾ ਰੇਟ ਵੀ ਮੈਂ ਦਿਖਾਉਂਦਾ, ਡਿਜ਼ਾਈਨ ਮਿਲਦਾ ਜੁਲਦਾ ਹੋਊਗਾ ਜੀ। ਚੀਜ਼ ਦੇਖੋ, ਚੀਜ਼ ਦੇਖ ਕੇ ਰੂਹ ਖੁਸ਼ ਹੋਊਗੀ। ਲੋਕ ਉਹੀ ਨਹੀਂ ਕਹਿੰਦੇ, ਅਸੀਂ ਕਹਿੰਦੇ ਹਾਂ ਦੇਖੋ ਬਜਾਜੀ ਦਾ ਕੋਈ ਭੇਤ ਪਾ ਹੀ ਨਹੀਂ ਸਕਿਆ, ਹੁਣ ਚੀਜ਼ ਉਹੀ ਆ, 1921 ਦਾ ਫਰਕ ਆ, ਇਹ 1050 ਰੁਪਏ ਰੇਂਜ ਆ, ਬੋਲ ਉਹੀ ਸਿਲਕ ਲੱਗੀ ਹੋਈ ਆ, ਉਹੀ ਕੰਮ ਹੋਇਆ, ਬਸ ਇੱਕ ਅੰਦਾਜ਼ਾ ਹੀ ਨਹੀਂ ਹੈ ਇਸ ਚੀਜ਼ ਦਾ, ਉਹ ਕਿਸੇ ਹੋਰ ਕਾਰੀਗਰ ਦਾ ਮਾਲ, ਉਹਨੇ ਆਪਣੇ ਪੈਸੇ ਲੈਣੇ ਨੇ। ਇਹ ਤਾਂ ਭੇਤ ਤੁਸੀਂ ਖੋਲਦੇ ਨੇ ਨਾ, ਬਾਕੀ ਦਾ ਦੁਕਾਨਾਂ ਵਾਲੇ ਦੱਸਦੇ ਵੀ ਹਨ ਵੀ ਹੈ ਕਿ ਵਿਚਲਾ ਰੰਜ ਕੀ ਆ, ਅਤੇ ਲੋਕ ਤਾਂ ਜੋ ਦੁਕਾਨਦਾਰ ਕਹਿੰਦੇ ਆਪਣੀ ਛਿੱਲਾਂ ਲੁਹਾਈ ਜਾਂਦੇ ਆ, ਤੁਸੀਂ ਥੋੜ੍ਹਾ ਜਿਹਾ ਕਲੀਅਰ ਕਰ ਦਿੰਦੇ ਵੀ ਆ ਇਹਦਾ ਰੇਟ ਆ, ਇਹਦਾ ਰੇਟ ਇਹ ਆ। ਨਹੀਂ ਮੇਰੀ ਜਗ੍ਹਾ 'ਤੇ ਕੋਈ ਹੋਰ ਦੁਕਾਨਦਾਰ ਹੁੰਦਾ, ਉਹਨੇ ਵੀ 1380 ਦੇ ਵਿੱਚੇ ਵੇਚਣਾ ਸੀਗਾ, ਲੇਕਿਨ ਮੈਂ ਆਪਣਾ ਅਲੱਗ ਇਮਾਨਦਾਰੀ ਨਾਲ ਅਲੱਗ ਰੱਖਿਆ ਹੋਇਆ ਵੀ ਜੇ 1050 ਦੇ ਹਿਸਾਬ ਨਾਲ ਆਇਆ ਮੈਂ 1050 ਹੀ ਵੇਚਣਾ, ਜੋ 1380 ਦੇ ਹਿਸਾਬ ਨਾਲ ਆਇਆ 1380 ਦਾ ਹੀ ਵੇਚਣਾ, ਸਾਡੀ ਥਿਊਰੀ ਇਹ ਜੀ। ਆਹ ਫੜਾਈ ਨਹੀਂ ਲੱਗ, ਆਹ ਦੇਖੋ ਜੀ ਸੂਟ 350 ਰੁਪਏ ਦੇ ਵਿੱਚ, ਹੈਂਡ ਵਰਕ ਦਾ ਸੂਟ ਆ ਜੀ, ਤੁਸੀਂ ਚੈੱਕ ਕਰ ਸਕਦੇ ਹੋ ਨਾਲ ਦੁਪੱਟਾ ਇਹਦੇ ਲਾਈਨਿੰਗ ਵਾਲਾ। ਸਾਡਾ ਇਹ ਨਹੀਂ ਕਿ ਜੇ ਰੇਟ ਵੱਧ ਗਿਆ ਤਾਂ ਜਦੇ ਵਧਾ ਦਿਓ, ਜਦ ਤੱਕ ਸਾਡਾ ਸਟੋਕ ਪਿਆ ਸੀ ਵੇਚਾਂਗੇ ਜੀ। ਆਹ ਬੜਾ ਹੈਵੀ ਇੱਕ ਪਿਆ ਸੂਟ, ਇਹ ਮੈਨੂੰ ਦਿਖਾਓ, ਕਿਉਂਕਿ ਮੈਂ ਦੇਖ ਰਿਹਾ ਸੀ ਬਈ ਹੋਰ ਪਾਸੇ ਜਾਈਏ ਤਾਂ 4500 ਰੁਪਏ, 5000, 5500 ਰੁਪਏ ਰੇਂਜ ਇਹਦੀ ਮਿਲਦੀ ਸ਼ੋਰੂਮਾਂ 'ਚ, ਤੁਹਾਡਾ ਕੀ ਆ? ਸਟਾਰਟਿੰਗ ਰੇਂਜ ਆ, ਇਸ ਤੋਂ ਵੀ ਹਲਕਾ ਹੋਊਗਾ, ਜੇ ਤੁਹਾਨੂੰ 5500-5000 ਦਾ ਮਿਲੂ ਇਸ ਤੋਂ ਵੀ ਹਲਕਾ ਹੋਊਗਾ ਪੂਰਾ। ਦੇਖੋ ਆਲ ਓਵਰ ਸੂਟ ਆ ਜੀ, ਦੇਖੋ ਫਰੋਕ ਦੇ ਵਿੱਚ 2850 ਰੁਪਏ ਦੀ ਰੇਂਜ ਆ ਜੀ ਸਾਡਾ ਸੂਟ, ਨਾਲ ਇਹਦੇ ਬੋਟਮ ਵੀ ਆ ਨਾਲ ਦੁਪੱਟਾ ਵੀ ਆ, ਇਹ ਨਹੀਂ ਇਕੱਲੀ ਫਰੋਕ ਆ, ਤੁਸੀਂ ਇਕੱਲੀ ਫਰੋਕ ਵੀ ਲੈ ਜਾਓ ਤੁਸੀਂ 5000 ਤੋਂ ਘੱਟ ਨਹੀਂ ਪੈਸੇ ਖਰਚ ਕੇ ਆਉਂਗੇ, ਲੇਕਿਨ 2850 ਵਿੱਚ ਬੋਟਮ ਦਾ ਕੱਪੜਾ ਵੀ ਨਾਲ ਔਰ ਦੁਪੱਟਾ ਵੀ ਨਾਲ। ਨਾਲੇ ਵੱਡੀ ਗੱਲ ਇਹ ਆ ਵੀ ਉੱਥੇ ਵੀ ਇੱਕ ਪਰਤਾ ਲਾ ਲੈਂਦੇ ਆ ਦੁਕਾਨਦਾਰ, ਇਹ ਹੈਗਾ ਆ ਫਰੰਟ, ਆਹ ਹੈਗਾ ਬੈਕ, ਹੈ ਨਾ, ਨਹੀਂ ਤਾਂ ਬੈਕ ਦੇ ਵਿੱਚ ਪਲੇਨ ਕੱਪੜਾ ਹੋ ਜਾਂਦਾ, ਇਸ ਕਰਕੇ ਹੋਰ ਵੀ ਪ੍ਰਾਈਜ਼ ਘੱਟ ਜਾਂਦਾ, ਪਰ ਇਹ ਤੁਹਾਨੂੰ 5500 ਵਾਲੀ ਜਿਹੜੀ ਹੈਗੀ ਆ 2850 ਰੁਪਏ ਦੇ ਵਿੱਚ ਤੁਹਾਨੂੰ ਇੱਥੋਂ ਮਿਲ ਜਾਂਦੀ ਆ। ਉਹੀ ਤੁਹਾਡੀ ਗੱਲ, ਜਿਵੇਂ ਜੇ ਬੈਗ ਵੀ ਪਲੇਨ ਲੱਗ ਜਾਂਦੀ ਘੱਟੋ ਘੱਟ 500 ਰੁਪਏ ਦਾ ਹੋਰ ਵੀ ਪੜਤਾ ਲੱਗ ਸਕਦਾ ਸੀ ਮੈਨੂੰ, ਲੇਕਿਨ ਦੇਖੋ ਚੀਜ਼ ਬੰਦਾ ਖੁਸ਼ ਹੋ ਕੇ ਪਾ ਕੇ ਜਾਵੇ, ਖੁਸ਼ ਹੋ ਕੇ ਲੈ ਕੇ ਜਾਵੇ, ਅਸੀਂ ਉਹੀ ਚੀਜ਼ਾਂ ਲੈ ਕੇ ਜਾਂਦੇ ਹਾਂ ਇਹ ਚੀਜ਼ਾਂ ਇਹ। ਪਰ ਭਾਅ ਜੀ ਗੱਲ ਇਹ ਆ ਵੀ ਆਹ ਮੈਂ ਦੇਖ ਰਿਹਾ ਵੀ ਇੰਨੇ ਕੰਬਲ ਤੁਸੀਂ ਆਹ ਤਾਂ ਜਿਵੇਂ ਟਰੱਕ ਭਰ ਕੇ ਲਿਆਉਂਦਾ ਤਾਂਕਾਂ ਲੱਗੀਆਂ, ਇੰਨੇ ਕੰਬਲਾਂ ਦੀ ਸੇਲ ਹੋ ਜਾਂਦੀ ਹੈ, ਇਹਦੇ ਦੁਕਾਨਾਂ ਵਾਲਿਆਂ ਕੋਲ ਤਾਂ 50 ਕੰਬਲ 60 ਕੰਬਲ ਇੰਨੇ ਕੁ ਪਏ ਹੁੰਦੇ, ਇਦੂ ਵੱਧ ਨਹੀਂ ਹੁੰਦੇ। ਇਹ ਤਾਂ ਵੀਰ ਜੀ ਜਿਹੜੇ ਅਸੀਂ ਦੁਕਾਨ ਦੇ ਰੂਟੀਨ ਦੇ ਵਿੱਚ ਲੈ ਕੇ ਜਾਂਦੇ ਹਾਂ, ਸਿਰਫ ਉਹ ਆ ਜਿਵੇਂ ਮੈਂ ਕਹਿ ਨਹੀਂ ਹੁੰਦੇ ਟ੍ਰੇਲਰ ਆ ਇਹ, ਇੱਦੋਂ ਦੁੱਗਣਾ ਸਟੋਕ ਸਾਡੇ ਮਿੱਲਾਂ ਦੇ ਵਿੱਚ ਬੁੱਕ ਹੋਏ ਹੋਏ ਨੇ ਵੀ ਸਾਨੂੰ ਭਾਈ ਨਾਲ ਦੇ ਨਾਲ ਭੇਜੀ ਆਇਓ, ਇਹ ਤੁਸੀਂ ਕਹਿ ਲਓ ਇੱਕ ਦਿਨ ਦੀ ਸੇਲ, ਇੰਨੀ ਕੰਬਲ ਚਲੇ ਜਾਂਦੇ ਨੇ। ਹੁਣ ਕੱਲ੍ਹ ਦੋ ਇੰਡਸਟਰੀਆਂ ਨੂੰ ਕੰਬਲ ਦੇ ਕੇ ਹਟਿਆ ਮੈਂ, ਕੋਈ 500 ਕੰਬਲ ਲੈਂਦਾ, ਕੋਈ 300 ਕੰਬਲ ਲੈਂਦਾ, ਇੰਨੇ ਕੰਬਲ ਤਾਂ ਉਹੀ ਇੰਡਸਟਰੀ ਵਾਲੇ ਲੈ ਜਾਂਦੇ ਨੇ ਸਾਡੇ ਕੋਲ, ਇਹ ਤਾਂ ਇੱਕ ਕਹਿ ਲਓ ਇੱਕ ਦੁਕਾਨ ਦੀ ਇੱਕ ਦੋ ਦਿਨ ਦੀ ਸੇਲ ਵਾਲੀ ਚੀਜ਼ ਆ ਬਸ ਇੱਥੇ ਪਈ ਆ। ਇਸ ਵੇਲੇ ਪੂਰਾ ਜ਼ੋਰ ਚੱਲ ਰਿਹਾ ਵੀ ਦੀਵਾਲੀ ਆਈ ਆ, ਦੀਵਾਲੀ 'ਤੇ ਔਫਰਸ ਦਿਓ, ਦੀਵਾਲੀ 'ਤੇ ਗਿਫਟ ਦਿਓ, ਦੀਵਾਲੀ 'ਤੇ ਕੁਛ ਨਾ ਕੁਛ ਦਿਓ, ਹੈ ਨਾ। ਸੋ ਤੁਸੀਂ ਕੁਛ ਕਰ ਰਹੇ ਹੋ ਕਸਟਮਰ ਲਈ? ਮੈਂ ਕਿਹਾ ਜੀ ਤੁਸੀਂ ਕਹਿੰਦਾ ਆਪਾਂ ਲਾ ਦਿੰਦੇ ਹਾਂ, ਲੋ ਹੁਣੇ ਮੈਂ ਅਨਾਊਂਸ ਕਰ ਰਿਹਾ, ਅੱਜ 1 ਤਰੀਕ ਤੋਂ ਲੈ ਕੇ 30 ਤਰੀਕ ਤੱਕ ਪੂਰਾ ਮਹੀਨੇ 10000 ਵਾਲੀ ਸ਼ੋਪਿੰਗ ਕਰਨ ਵਾਲੇ ਨੂੰ
हमेशा ही सेलां इन्हां दे चलदियां 365 दिन महा सेल हुंदी आ। तुसीं इन्हां दुकान दे उपर भी देख सकते हैं पढ़ के भी वड्डी सेल हुंदी ना, पर 1 नवंबर तो 30 नवंबर तक की सेल दे विच इह आ, तुसीं 10,000 की शॉपिंग करदे आ ते तुहानूं सिंगल बैड का कंबल जिहड़ा किलो वाला है ना वह तुहानूं फ्री मिलना, 20,000 की शॉपिंग तुहानूं डबल बैड का कंबल फ्री मिलना, वह भी 2 किलो का भार हुंदा। सो इदां दीआं डील्स हैगीआं, तुसीं 50,000 की शॉपिंग करोगे तुहानूं 5 किलो का कंबल मिलना। सो कंबलों के विच तां जिहड़ी इन्हां दी वरायटी है, जिहड़ी इन्हां दी क्वालिटी है ना, उस ने हाल तक कोई किसी ने समझौता अज तक कर नहीं पाया। सो रेट भी इन्होंने सस्ते थे, पर तुहानू 10,000 20,000 30,000 50,000 जिदा की शॉपिंग करते हैं उदा ने गिफ्ट सू दे रहे हैं। बिल्कुल जी, लोगों की यही डिमांड थी कि नाल सूँ गिफ्ट भी दिता जाए, क्योंकि कोई दिवाली वाले दिन कोई दिवाली बंपर कोई लाटरी पाँगा कोई कुछ करता, इस करके सूटा से भी लाते जिमें कस्टमर कहे अभी उदा ही उन्होंने चलेंगे, कोई दिक्कत वाली गल नहीं हैगी। नवा काम ते जां रीसेलर है उन्होंने किदा के होर ऑफरस है? देखो रीसेलर लिए भी उही साड़ी जी 30% कपड़ा नहीं भी चेंज करके देवे, लेकिन साड़ी चेंज करने का टाइमिंग जी 9 बजे तो लैके 12 बजे तक सवेर की है जी, उस बाद चेंज करने वाला कोई ना आए, बाकी संडे वाले दिन अभी चेंज नहीं करते कपड़ा, बाकी रीसेलर जो मर्जी आने मोस्ट वेलकम आ, 30% कपड़ा नहीं बिकता चेंज करके देंगे। एक होर क्लीयर करो, जी संडे वाली गल है, संडे दुकान खुली होंगी है, एक थोड़ी कन्फ्यूजन आ लोगों की, वो क्लीयर कर दो भी संडे ओपन है या क्लोज आ। देखो त्यौहारों के दिन लास्ट संडे खुलती है जी, बाकी आम नॉर्मल महीने के लास्ट संडे दुकान बंद होंगी, बाकी सारे दिन खुलती है जी। बाई चांस तुम दूरों नेड़े आना भी तो स्क्रीन के नंबर से सूँ एक बार कॉल जरूर कर लो, कोई हराश ना हो एक बार कॉल करके आओ, कोई दिक्कत नहीं है जी। सो तुम इतने आ जाओ, थोड़े फायदे आ, जिमें पहला भी इन्होंने दसिया भी जेडे नवा काम शुरू करना चाहते या रीसेलर है उन्होंने फुली इंश्योरेंस होंगे इतने। तुम एग्जाम्पल के तौर पर 100 सूट लै गए, 70 सूट साढ़े बैग गए, 30 सूट थोड़े लग गए कमर चाहे स्टॉक नहीं बैग रहा तो चक लिया तुम इतों वापस दे के नवे लैके जा सकते हो। तो जिन्होंने नवा काम शुरू करना उन्होंने तो कोई भी जाने के लॉस वाली कोई गल है नहीं, तुम रीसेलर है सारे पास तुम पहला घूमे आए हो, एक जो इतने आना तो थानू होर भी इतने की वरायटी वधिया मिलनी है। तुम आह देख लो भी जिमें दुकाना ओवरलोडड है, उस तरह इतने इन्होंने घर के भी कपड़े ओवरलोडड है। सो इतने 150 रुपए तो 180-200 सूट शुरू हो जाता, उपली रेंज तक 2-3-4-5 हज़ार तक भी तुम लैके जा सकते हैं। भाई जी आ भी दिखाओ सूट ये कि रेंज के है, क्योंकि ये भी मार्केट के देखते हैं ये भी बड़ी महंगी शैल लोगों लाई जा रही है। देखो जी नारकली सूट आ जी, मार्केट का जो प्राइस हैगा जी घट्टो घट नहीं था, थोड़ा देख लो फ्रंट और बैक दोनों बनी हुई हैं 7,6600 इदा मिलना, जिहड़ा मेरा प्राइस है थोड़ा मिलना 3,150 रुपये रेंज, 3,150 रुपये रेंज नाल टैबी का दुपट्टा चीज चैक कर लो, तुम बहुत सोहनी चीज़ है जी। तुम दिखा रहे हैं बहुत सारे लोगों के मन च यह भी सी बई उत्थे सस्ते कपड़े मिलते 150, 200, 500, 700 या 1,000 तक है ना, इतने हर तरह की वरायटी है, तुम इतों आके लैके जा सकते हैं। सो अज असी आए तो सके भी चलो दुकान से जावे, पर ग्राउंड के भी देख लिया है भी सारे पास पूरी नवी वरायटी साढ़े लिए आ चुकी आ, डील्स साढ़े लिए देती है, सब तो सस्ता कपड़ा हैगा आ, तुम 10,000 की शॉपिंग करते हैं नाल तुहानू कंबल फ्री दे रहे हैगे आ, तुम इतने आना तो अपना फायदा लैके जा सकते हैं। सो तुम की कहोगे लास्ट? देखो मैं तो यही कहना सारा प्यार लोगों ने दिता होया जी, अभी लोगों की सेवा ही बने आ, हरेक चीज़ के मार्जिन जरूर लै रहे हैं लेकिन लिमिटेड का लै रहे हैं जी, लोगों का नुकसान भी ना हो, सानू दुआवां देन, साडी तां इही प्लैनिंग दे चले होए जी बस साडा। सो पंजाब दे विच सब तो पहला भी ऐलान इन्होंने किया, इन्होंने होका दिता सी, कुंडे खड़काए सी भी लुट तो बचो, जदों इन्होंने ऐलान किया तो बहुत सारे दुकानों नू परेशानी तो आई सी, पर हौली 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 लोग बड़े खुश होने शुरू हो गए सी, तो लोग पंजाब हरियाणा हिमाचल नू छड्ड के बाहरले मुल्कां चों भी लोगों ने ऑनलाइन इत्थे शॉपिंग की सी। सो तुसीं भी फायदे लैने चाहुंदे आ तां इत्थे पहुँचो, कोई होर जानकारी लैनी साडी स्क्रीन ते नंबर आ, तुसीं इन्हां नाल गल्लबात कर सकदे आ। कैमरामैन सुखनिंदर सिंह दे नाल हरदीप सिंह तग्गड़, साइन टीवी समराला।